ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਤੇ ਬਾਈ, ਜਿਵੇਂ ਤੁਹਾਨੂੰ ਮੈਂ ਪਿਛਲੇ ਵਲੌਗ 'ਚ ਦੱਸਿਆ ਸੀ, ਬਾਈ ਮੈਂ ਹੁਣ ਚੱਲਿਆ ਕਿਤੇ ਟ੍ਰਿਪ ਕਰਨ, ਛੋਟਾ ਜਿਹਾ ਹੀ ਟ੍ਰਿਪ ਹੈ, ਸੋਲੋ ਟ੍ਰਿਪ ਕਰਨਾ, ਅਤੇ ਉਹ ਵੀ ਆਪਣੇ ਮੋਡੀਫਾਈਡ ਸਪਲੈਂਡਰ ਦੇ ਉੱਤੇ। ਅਤੇ ਬਹੁਤ ਟਾਈਮ ਬਾਅਦ ਕਰਨ ਲੱਗਿਆ, ਪਹਿਲੀ ਵਾਰ ਕਰਨ ਲੱਗਿਆ ਮੈਂ, ਅਤੇ ਅੱਜ ਤੱਕ ਤਾਂ ਕਿਤੇ ਸੋਲੋ ਗਿਆ ਨਹੀਂ ਮੈਂ ਮੋਟਰਸਾਈਕਲ 'ਤੇ। ਅਤੇ ਅੱਜ ਪਹਿਲੀ ਵਾਰ ਚੱਲਦੇ ਹਾਂ, ਦੇਖਦੇ ਹਾਂ ਕੀ ਐਕਸਪੀਰੀਅੰਸ ਹੁੰਦਾ ਕੀ ਨਹੀਂ। ਅਤੇ ਬਾਕੀ ਤਿਆਰ ਹੋਈਏ, ਤਿਆਰ ਆਲਮੋਸਟ ਹੋਈ ਗਿਆ, ਅਤੇ ਬ੍ਰੇਕਫਾਸਟ ਕਰ ਲਿਆ, ਚਾਹ ਪਾਣੀ ਪੀ ਲਿਆ, ਪੀਣਾ ਸੀਗਾ। ਫਿਰ ਕੱਪੜੇ ਕੁੱਪੜੇ ਆਪਣੇ ਪੈਕ ਹੈ, ਅਤੇ ਆਹ ਆਪਣਾ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਪਿਛਲੇ ਵਲੌਗਾਂ 'ਚ, ਬਈਆ ਮੰਗਾਇਆ ਸੀ ਫੇਸ ਮਾਸਕ। ਅਤੇ ਬਾਕੀ ਹੁਣ ਮੋਟੋ ਵਲੌਗ ਵਾਲਾ ਸੈਟਅਪ ਕਰਦੇ ਹਾਂ ਅਤੇ ਨਿਕਲਦੇ ਹਾਂ ਜਲਦੀ ਜਲਦੀ, ਚੱਲੀਏ। ਮੌਸਮ ਵੀ ਠੀਕ ਠਾਕ ਹੈ, ਹੁਣ ਇਹ ਠੰਡਾ ਠੰਡਾ, ਨਹੀਂ ਤਾਂ ਗਰਮੀ ਹੋ ਜਾਣੀ। ਫਿਰ ਚਲੋ, ਫਿਰ ਨਿਕਲਦੇ, ਸਿੱਧਾ ਮਿਲਦੇ ਮੋਟੋ ਵਲੌਗ ਸੈਟਅਪ 'ਤੇ। ਲਓ ਵੀ ਮਿੱਤਰੋ, ਹੁਣ ਆਪਾਂ ਕਰੀਏ ਆਪਣਾ ਟ੍ਰਿਪ ਸਟਾਰਟ, ਅਤੇ ਆਪਣਾ ਖੜਿਆ ਸਪਲੈਂਡਰ। ਚਲੋ ਹੁਣ ਆਪਣੇ ਟ੍ਰਿਪ ਨੂੰ ਕਰਦੇ ਹਾਂ ਸਟਾਰਟ, ਹੁਣ ਸਿੱਧਾ ਜਾ ਕੇ ਮਿਲਦੇ ਹਾਂ ਤੁਹਾਨੂੰ ਰੋਡ 'ਤੇ। ਚਲੋ ਘਰੋਂ ਆਪਾਂ ਹੁਣ ਨਿਕਲ ਗਏ, ਆਪਣੇ ਸਪਲੈਂਡਰ ਨੂੰ ਚੱਕ ਕੇ ਝੋਟੇ ਨੂੰ, ਅਤੇ ਆਪਾਂ ਹੁਣ ਪਹੁੰਚ ਗਏ ਮੇਨ ਰੋਡ ਖਰੜ ਪਹੁੰਚ ਗਏ ਆਪਾਂ, ਬਸ ਇੱਥੋਂ ਨਿਕਲੀਏ। ਅਤੇ ਧੁੱਪ ਤਾਂ ਪਸਾਉਣੀ ਨਿਕਲ ਗਈ ਹੈ, ਅਤੇ ਹੁਣ ਨਿਕਲਦੇ ਹਾਂ, ਮੌਸਮ ਹਲੇ ਹਲੇ ਤਾਂ ਵਧੀਆ ਹੈ, ਅਤੇ ਫਿਰ ਨਿਕਲਦੇ ਹਾਂ, ਨਹੀਂ ਤਾਂ ਗਰਮੀ ਬਹੁਤ ਹੋ ਜਾਣੀ। ਅਤੇ ਟੈਂਕੀ ਆਪਣੀ ਪੂਰੀ ਫੁੱਲ ਹੈ, ਅਤੇ ਹਲੇ ਇਸ ਟਾਈਮ ਚੱਲਿਆ ਆਪਣਾ 22,243 ਕਿਲੋਮੀਟਰ। ਘਰੋਂ ਮੈਂ 40-39 ਦੇ ਤੁਰਿਆ ਸੀਗਾ, ਦੇਖਦੇ ਹਾਂ ਕਿੰਨੇ ਕਿਲੋਮੀਟਰ ਚੱਲਦਾ। ਬਾਕੀ ਨਿਕਲਦੇ ਹਾਂ, ਫਿਰ ਰਾਹ 'ਚ ਤੁਹਾਨੂੰ ਦੱਸਦੇ ਹਾਂ ਕਿੱਧਰ ਨੂੰ ਜਾਣਾ ਆਪਾਂ। ਅਤੇ ਬਾਕੀ ਆਪਣਾ ਸੈਟਅਪ ਦੇਖ ਲਓ ਬਾਈ, ਪੂਰੇ ਪੈਕ ਪੂਕ ਹੋ ਗਏ ਹਾਂ, ਅਤੇ ਨਿਕਲਦੇ ਹਾਂ ਫਿਰ, ਨਾਲੇ ਤੁਹਾਨੂੰ ਦਿਖਾਈ ਜਾਵਾਂਗੇ ਘੈਂਟ ਘੈਂਟ ਵਿਊ। ਹਾਂਜੀ ਮਿੱਤਰੋ, ਹੁਣ ਆਪਣਾ ਹੋ ਗਿਆ ਪ੍ਰੋਪਰ ਟ੍ਰਿਪ ਸਟਾਰਟ, ਅਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਬਾਈ ਜਾ ਕਿੱਥੇ ਰਹੇ ਹਾਂ। ਬਾਈ ਮੈਂ ਚੱਲਿਆ ਜੀ ਹੁਸ਼ਿਆਰਪੁਰ, ਅਤੇ ਆਪਣੇ ਤੋਂ ਇੱਥੋਂ ਮੋਹਾਲੀ ਤੋਂ ਹੁਸ਼ਿਆਰਪੁਰ ਤਕਰੀਬਨ ਹੈਗਾ ਜੀ 130-140 ਕਿਲੋਮੀਟਰ ਦੇ। ਅਤੇ ਬਾਕੀ ਦੇਖਦੇ ਹਾਂ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ, ਮੇਰਾ ਫਸਟ ਐਕਸਪੀਰੀਅੰਸ ਹੈ ਬਾਈਕ 'ਤੇ, ਇੰਨੀ ਦੂਰ ਮੈਂ ਚੱਲਿਆ, ਉਹ ਵੀ ਇਕੱਲਾ ਸੋਲੋ ਟ੍ਰਿਪ ਕਰਨ ਲੱਗਿਆ, ਅਤੇ ਦੇਖਦੇ ਹਾਂ ਕਿਹੋ ਜਿਹਾ ਸਵਾਦ ਆਉਂਦਾ। ਅਤੇ ਇਹ ਵੀ ਜ਼ਿੰਦਗੀ ਦੇ ਸਵਾਦ ਲੈਣੇ ਚਾਹੀਦੇ ਆ। ਬਾਕੀ ਕਮੈਂਟ ਕਰਕੇ ਤੁਸੀਂ ਦੱਸੋ ਤੁਹਾਨੂੰ ਟਰੈਵਲਿੰਗ ਕਰਨ 'ਚ ਕਿਹਦੇ 'ਚ ਮਜ਼ਾ ਆਉਂਦਾ, ਮੋਟਰਸਾਈਕਲ 'ਤੇ ਮਜ਼ਾ ਆਉਂਦਾ ਕਿ ਬਾਈ ਉਸ 'ਤੇ ਗੱਡੀ 'ਤੇ। ਅਤੇ ਗੱਡੀ ਵਾਲੇ ਦਾ ਬਾਈ ਆਪਾਂ ਐਕਸਪੀਰੀਅੰਸ ਕੀਤੇ ਹੀ ਹੋਏ ਆ, ਸਾਰੇ ਕਿਤੇ ਘੁੰਮਦੇ ਰਹਿੰਦੇ ਆ, ਗੱਡੀ 'ਤੇ ਮੈਂ ਕਿਹਾ ਬਾਈ ਇੱਕ ਵਾਰ ਯਾਰ ਮੋਟਰਸਾਈਕਲ 'ਤੇ ਵੀ ਕੀਤਾ ਜਾਵੇ, ਅਤੇ ਨਾਲ ਨਾਲ ਮੋਟੋ ਵਲੋਗਿੰਗ ਵਾਲਾ ਵੀ ਆਪਾਂ ਵਲੋਗ ਸਟਾਰਟ ਕੀਤਾ ਹੀ ਆ। ਮੈਂ ਕਿਹਾ ਚੱਲ ਨਾਲੇ ਉੱਧਰ ਨੂੰ ਜਾ ਕੇ ਆਈਏ, ਨਾਲੇ ਉੱਥੇ ਤੁਹਾਨੂੰ ਦਿਖਾਊਂਗਾ ਪਿੰਡ ਦੀ ਲਾਈਫ ਕਿਹੋ ਜਿਹੀ ਹੁੰਦੀ ਹੈ, ਕਿਹੋ ਜਿਹੀ ਨਹੀਂ। ਸ਼ਹਿਰਾਂ ਵਾਲਿਆਂ ਨੂੰ, ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਹੋਊਗਾ, ਅਤੇ ਉਹਨਾਂ ਨੇ ਕਰਨਾ ਕੱਦੂ, ਕੱਦੂ ਕੱਦੂ ਦਿਖਾਵਾਂਗੇ ਕਿਵੇਂ ਕਰੀਦਾ, ਅਤੇ ਜੀਰੀ ਲਾਣੀ ਉਹਨਾਂ ਨੇ। ਅਤੇ ਨਾਲ ਉੱਥੇ ਨੇੜੇ ਤੇੜੇ ਨਾ ਬੜੇ ਘੈਂਟ ਘੈਂਟ ਜਿਹੀਆਂ ਲੋਕੇਸ਼ਨਾਂ ਹੈਗੀਆਂ ਹੁਸ਼ਿਆਰਪੁਰ ਦੇ ਕੋਲ, ਅਤੇ ਉਹਨਾਂ ਦਾ ਪਿੰਡ ਐਨ ਪੂਰਾ ਵਿੰਟੇਜ ਸਟਾਈਲ ਹੈ, ਜਿਹੜੀਆਂ ਆਪਾਂ ਪੁਰਾਣੀਆਂ ਫਿਲਮਾਂ ਨਹੀਂ ਦੇਖਦੇ ਸੀਗੇ, ਗੁੱਗੂ ਗਿੱਲ ਦੀਆਂ ਜਾਂ ਹੋਰ, ਉਹ ਇਹਦੇ ਵਿਊ ਹੈ। ਅਤੇ ਬਾਕੀ ਉੱਥੇ ਇੱਕ ਆਫ ਰੋਡਿੰਗ ਵਾਲਾ ਟਰੈਕ ਹੈ, ਪੰਜਾਬ 'ਚ ਪੂਰੇ ਦੋ ਆਫ ਰੋਡਿੰਗ ਵਾਲੇ ਟਰੈਕ ਮਸ਼ਹੂਰ ਹੈ, ਇੱਕ ਹੁਸ਼ਿਆਰਪੁਰ ਹੈ ਅਤੇ ਇੱਕ ਆਪਣੇ ਉਰੇ ਨਿਊ ਚੰਡੀਗੜ੍ਹ ਦੇ ਕੋਲ ਹੈ, ਇਹ ਵੀ ਕਿਸੇ ਦਿਨ ਕਵਰ ਕਰਾਂਗੇ। ਅਤੇ ਇਸ ਵਾਰ ਨਾਲੇ ਜਾ ਕੇ ਹੁਸ਼ਿਆਰਪੁਰ ਮਾੜਾ ਮੋਟਾ ਕਵਰ ਕਰਾਂਗੇ, ਉੱਥੇ ਕੋਈ ਫੂਡ ਦਿਖਿਆ ਫੇਮਸ ਅਤੇ ਉਹਨੂੰ ਕਵਰ ਕਰਾਂਗੇ। ਨਿਕਲਦੇ ਹਾਂ ਬਾਕੀ ਆਪਣਾ ਸਫ਼ਰ, ਬਾਬਾ ਜੀ ਦੀ ਕਿਰਪਾ ਨਾਲ ਹੁਣ ਤੱਕ ਤਾਂ ਵਧੀਆ, ਅਤੇ ਅੱਗੇ ਵੀ ਐਂ ਰੱਖਣ, ਵਧੀਆ ਵਧੀਆ ਅਤੇ ਸੇਫ ਪਹੁੰਚੀਏ। ਅਤੇ ਇੰਜੋਏ ਕਰਿਓ ਤੁਸੀਂ ਵਲੌਗ ਨੂੰ, ਵੱਧ ਤੋਂ ਵੱਧ ਸਪੋਰਟ ਦਿਖਾਇਓ, ਅਤੇ ਚੱਲਦੇ ਹਾਂ ਹੁਣ, ਤੁਸੀਂ ਸਿਨੇਮੈਟਿਕ ਸ਼ਾਟ ਇੰਜੋਏ ਕਰੋ ਜੀ।
ਹੁਣ ਆਪਾਂ ਕਰਾਲੀ ਕਰੂਲੀ ਟੱਪ ਕੇ ਰੂਪਨਗਰ ਵਾਲੇ ਆ ਪੁਲ ਤੇ ਪਹੁੰਚ ਗਿਆ। ਪੁਲ ਬਹੁਤ ਸੋਹਣਾ ਲੱਗਦਾ ਮੈਨੂੰ ਤੇ ਤਾਂ ਮੈਂ ਇੱਥੇ ਰੁਕ ਕੇ ਤੁਹਾਨੂੰ ਦਿਖਾਵਾਂ ਤੇ ਵਿਊ ਬਹੁਤ ਸੋਹਣਾ ਆਉਂਦਾ। ਉਹ ਸਾਹਮਣੇ ਸੂਰਜ ਦਾ ਵਿਊ ਦੇਖੋ ਕਿੱਦਾਂ ਘੈਂਟ ਹੈ, ਨਾਲ ਉਰੇ ਨਹਿਰ ਚੈੱਕ ਕਰੋ ਬਾਈ ਵਿਊ ਕਿੱਡਾ ਘੈਂਟ ਹੈ। ਤੇ ਬਾਕੀ ਆਪਾਂ ਹੁਣ ਤਕਰੀਬਨ 30-40 ਕਿਲੋਮੀਟਰ ਆ ਗਏ ਹਾਂ ਤੇ ਹੁਣ ਕਿਤੇ ਦੇਖਾਂਗੇ, ਰੁਕਾਂਗੇ ਖਾਣ ਪੀਣ ਨੂੰ ਗਾਹਾਂ ਜਾ ਕੇ ਜਿੱਥੋਂ ਭੁੱਖ ਲੱਗੀ। ਤੇ ਮੈਂ ਉੱਪਰ ਇਹ ਚੜ੍ਹਾ ਲਿਆ ਸੀ ਮੋਟਰਸਾਈਕਲ, ਮੈਂ ਕਿਹਾ ਕਾਹਨੂੰ ਰੋਡ ਤੇ ਰੋਕਣਾ, ਉੱਥੋਂ ਸਾਹਮਣੋਂ ਚੜ੍ਹਾ ਲਿਆ ਸੀ ਉੱਪਰ ਨੂੰ। ਤੇ ਇੱਥੇ ਕੋਈ ਰੀਲ ਬਣਾਈ ਹੈ ਸੋਹਣੀ ਜੀ, ਉਹਦੇ ਵਾਸਤੇ ਇੰਸਟਾ ਤੇ ਫੋਲੋ ਕਰ ਲਓ ਤੇ ਬਾਕੀ ਆਪਣੇ ਯੂਟਿਊਬ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ, ਉਰੇ ਬਣਾ ਲਈਏ ਰੀਲ ਕੋਈ। ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਉਹ ਪੂਰੇ ਰਾਹ ਦੇ ਵਿੱਚ ਐਕਸੀਡੈਂਟ ਹੋਇਆ ਹੋਇਆ ਬਾਈ, ਬਹੁਤ ਤਕੜਾ ਹੋਇਆ ਉਹ ਟੈਕਸੀ ਦੇ ਨਾਲ ਇਨੋਵਾ, ਆਹ ਛੋਟੀ ਗੱਡੀ ਆ। ਉਮੀਦ ਆ ਬਾਈ ਦੋਹੇ ਪਾਰਟੀਆਂ ਵਾਲੇ ਬਚੇ ਹੋਣ, ਬਾਕੀ ਚੱਲਦੇ ਹਾਂ ਮਹਾਰਾਜ ਆਪਣੇ ਦੇ ਵੀ ਕਿਰਪਾ ਕਰੇ, ਸੇਫ ਸੇਫ ਪਹੁੰਚੀਏ ਨਿਕਲੀਏ ਹੁਣ ਅੱਗੇ। later ਲੋ ਜੀ ਮਿੱਤਰੋ, ਹੁਣ ਆਪਾਂ ਗੜਸ਼ੰਕਰ ਟੱਪ ਗਏ ਹਾਂ। ਗੜਸ਼ੰਕਰ ਟੱਪ ਕੇ ਹੁਸ਼ਿਆਰਪੁਰ ਤੋਂ ਗੜਸ਼ੰਕਰ ਤੋਂ ਮਤਲਬ ਅੱਗੇ ਆ ਗਏ ਆ, 30-32 ਕਿਲੋਮੀਟਰ ਹੁਸ਼ਿਆਰਪੁਰ ਰਹਿ ਗਿਆ। ਅਤੇ ਆਪਾਂ ਹੁਣ ਰੁਕੇ ਹਾਂ ਢਾਬੇ 'ਤੇ ਬਈ, ਚਾਹ ਚੂਹ ਪੀ ਲਈਏ। ਆਹ ਢਿੱਲੋ ਵੈਸ਼ਨੂੰ ਢਾਬਾ ਮੇਨ ਰੋਡ 'ਤੇ ਹੀ ਆ, ਅਤੇ ਹੁਣ ਚਾਹ ਚੂਹ ਔਡਰ ਕਰੀਏ ਅਤੇ ਕੁਛ ਖਾਈਏ ਯਾਰ, ਬਾਈ ਭੁੱਖ ਬਹੁਤ ਲੱਗ ਰਹੀ ਆ। ਫਿਰ ਅੱਗੇ ਆਪਣਾ ਜਰਨੀ ਨੂੰ ਕਰਦੇ ਹਾਂ ਪਹੁੰਚ ਕੇ। ਚਲੋ ਫਿਰ ਤੋ ਵੀ ਮਿੱਤਰੋ, ਆਪਣੀ ਆ ਗਈ ਆ ਚਾਹ ਅਤੇ ਨਾਲ ਆ ਗਿਆ ਸੈਂਡਵਿਚ। ਅਤੇ ਢਾਬੇ ਵਾਲੀ ਚਾਹ ਤੁਹਾਨੂੰ ਪਤਾ ਹੀ ਹੈ ਖੰਡੇ ਵਾਲੀ ਹੁੰਦੀ ਹੈ, ਅਤੇ ਹੁਣ ਇਹਨੂੰ ਪੀਏ ਅਤੇ ਹੋਈਏ ਖੰਡੇ 'ਤੇ, ਫਿਰ ਨਿਕਲੀ ਅੱਗੇ ਆਪਾਂ ਕਰੀਏ ਟ੍ਰਿਪ ਫਿਰ ਦੁਬਾਰਾ ਸਟਾਰਟ, ਅਤੇ ਪਹੁੰਚੀਏ ਦਵਾ ਦਵ ਚਾਚੇ ਹੁਣਾਂ ਕੋਲ, ਅਤੇ ਜਾ ਕੇ ਮਾੜੀ ਮੋਟੀ ਰੈਸਟ ਕਰਕੇ ਫਿਰ ਦੇਖਦੇ ਕਿੱਧਰ ਨੂੰ ਜਾਣਾ, ਕੀ ਪਲੈਨਿੰਗ ਉੱਥੇ ਜਾ ਕੇ ਕਰੂੰਗਾ, ਕਿਵੇਂ ਕਿਵੇਂ ਕਿਹੜੇ ਕਿਹੜੇ ਵਲੌਗ ਬਣਾਉਣੇ ਹੈ ਨਾ। ਅਤੇ ਆਪਣੀ ਪੀਏ ਚਾਹ ਅਤੇ ਨਾਲ ਖਾਈਏ ਸੈਂਡਵਿਚ ਅਤੇ ਫਿਰ ਚੱਲਦੇ ਗਾਂਹ ਨੂੰ। ਲਓ ਵੀ ਮਿੱਤਰੋ, ਚਾਹ ਅਤੇ ਸੈਂਡਵਿਚ ਆਪਾਂ ਹੁਣ ਖਾ ਲਿਆ, ਹੁਣ ਹੋ ਗਏ ਥੋੜ੍ਹੇ ਚਾਰਜ, ਅਤੇ ਹੁਣ ਨਿਕਲੀਏ ਸਿੱਧਾ ਆਪਣੇ ਡੈਸਟੀਨੇਸ਼ਨ ਵੱਲ ਨੂੰ। ਅਤੇ ਬਾਕੀ ਹੁਣ ਚੱਲਦੇ ਹਾਂ ਇੱਥੋਂ, ਹੁਣ ਆਪਾਂ ਨੂੰ ਰਹਿ ਗਿਆ 30-32 ਕਿਲੋਮੀਟਰ ਰਹਿ ਗਿਆ ਹੁਸ਼ਿਆਰਪੁਰ, ਅਤੇ ਹੁਸ਼ਿਆਰਪੁਰ ਤੋਂ 5-10 ਕਿਲੋਮੀਟਰ ਅੱਗੇ ਜਾ ਕੇ ਉਹਨਾਂ ਦਾ ਪਿੰਡ ਪੈਂਦਾ, ਪਿੰਡ ਦਾ ਨਾਮ ਹੈ ਖੁਣਖਣਾ। ਅਤੇ ਹੁਸ਼ਿਆਰਪੁਰ ਤੋਂ ਜਦ ਆਪਾਂ ਟਾਂਡਾ ਰੋਡ ਨੂੰ ਜਾਂਦੇ ਹਾਂ, ਟਾਂਡੇ ਰੋਡ 'ਤੇ ਆਉਂਦਾ, ਅਤੇ ਹੁਣ ਚੱਲਦੇ ਹਾਂ। ਚਲੋ ਹੁਣ ਜ਼ਿਆਦਾ ਵੇਸਟ ਟਾਈਮ ਨਹੀਂ ਕਰਦੇ ਅਤੇ ਸਿੱਧਾ ਨਿਕਲਦੇ ਹਾਂ ਆਪਣੇ ਡੈਸਟੀਨੇਸ਼ਨ ਵੱਲ ਨੂੰ, ਫਿਰ ਸਿੱਧਾ ਡਾਇਰੈਕਟ ਹੁਸ਼ਿਆਰਪੁਰ ਪਹੁੰਚ ਕੇ ਫਿਰ ਕਰਦੇ ਹਾਂ ਵਲੌਗ ਨੂੰ ਕੰਟੀਨਿਊ, ਅਤੇ ਜੁੜੇ ਰਹੋ ਵਲੌਗ ਦੇ ਨਾਲ। ਲਓ ਵੀ ਸੱਜਣਾ, ਫਾਈਨਲੀ ਆਪਾਂ ਪਹੁੰਚ ਗਏ ਹੁਸ਼ਿਆਰਪੁਰ, ਅਤੇ ਇਹ ਹੈਗਾ ਬਾਈ ਦੁਆਬਾ ਬੈਲਟ ਅਤੇ NRI-ਆਂ ਦਾ ਗਾੜਾ ਇਹ ਹੁਸ਼ਿਆਰਪੁਰ। ਬਾਈ ਬਹੁਤ ਲੋਕ ਇੱਥੋਂ ਬਾਹਰ ਗਏ ਹੋਏ ਹੈ, NRI ਹੈ ਜਿਹੜੇ ਪੱਕੇ। ਅਤੇ ਬਾਕੀ ਚੈੱਕ ਕਰੋ ਆਹ ਗਰਾਊਂਡ ਕਿੱਡਾ ਘੈਂਟ ਆ, ਅਤੇ ਇੱਧਰੋਂ ਆਪਾਂ ਸਿੱਧਾ ਜਾ ਕੇ ਮੈਨੂੰ ਲੱਗਦਾ ਬਾਬੇ ਗਲਤ ਆ ਗਏ, ਆਪਾਂ ਪਰਾਂ ਨੂੰ ਮੁੜਨਾ ਸੀਗਾ ਉੱਧਰ ਨੂੰ ਦੁਸ਼ਹਿਰੇ ਗਰਾਊਂਡ ਵੱਲ ਨੂੰ, ਇਹਨਾਂ ਦਾ ਉਹ ਸਾਹਮਣੇ ਦੁਸ਼ਹਿਰਾ ਗਰਾਊਂਡ ਆ ਹੁਸ਼ਿਆਰਪੁਰ ਵਾਲਿਆਂ ਦਾ। ਹੁਣ ਆਪਾਂ ਫਾਈਨਲੀ ਪਹੁੰਚ ਗਏ ਚਾਚੇ ਉਹਨਾਂ ਦੇ ਪਿੰਡ, ਜਿਹੜੀ ਮੇਨ ਡੈਸਟੀਨੇਸ਼ਨ ਸੀ, ਆਹ ਪਿੰਡ ਦਾ ਮੋੜ ਆ ਗਿਆ। ਚਲੋ ਹੁਣ ਪਿੰਡ 'ਚ ਵੱਜ ਗਈ ਹੈ ਐਂਟਰੀ, ਬਸ ਇੱਥੋਂ ਅੰਦਰ ਜਾ ਕੇ ਥੋੜ੍ਹਾ ਜਿਹਾ ਗਾਂਹ ਜਾ ਕੇ ਹੀ ਆ ਬਸ ਘਰ, ਪਿੰਡ ਇਹਨਾਂ ਦਾ ਬਾਹਲਾ ਵੱਡਾ ਨਹੀਂ ਹੈਗਾ।
ਤੇ ਜੇ ਪੂਰੇ ਪਿੰਡ ਦੇ ਘੱਟੋ ਘੱਟ 10-20 ਘਰ ਹੀ ਹੋਣੇ ਬਸ। ਛੋਟਾ ਜਿਹਾ ਹੀ ਪਿੰਡ ਹੈ ਤੇ ਪਰ ਹੈਗਾ ਬਹੁਤ ਸੋਹਣਾ। ਤੇ ਬਾਕੀ ਜਾਂਦੇ ਹਾਂ ਦਿਖਾਉਂਦੇ ਤੁਹਾਨੂੰ ਜਾ ਕੇ ਘਰੇ, ਕਰੋ ਚੈੱਕ ਬਾਈ। ਪਿੰਡਾਂ ਦੀ ਵਾਈ ਵੀ ਬੜੀ ਘੈਂਟ ਹੁੰਦੀ ਹੈ, ਬਹੁਤ ਸੋਹਣੀ ਹੈ। ਉਹ ਸਾਹਮਣੇ ਗੁਰਦੁਆਰਾ ਇਹਨਾਂ ਦੇ ਪਿੰਡ ਦਾ, ਛੋਟਾ ਜਿਹਾ ਹੀ ਪਿੰਡ ਆ, ਉੱਥੋਂ ਦੇਖ ਲਓ ਸ਼ੁਰੂ ਹੋਇਆ। ਤੇ ਆਹ ਬਸ ਜਿੰਨੇ ਘਰ ਦਿਖਦੇ ਆਹੀ ਪਿੰਡ 'ਚ ਘਰ ਆ ਬਸ ਆਹ ਸਾਰੇ। ਬਾਲਾ ਵੱਡਾ ਪਿੰਡ ਨਹੀਂ ਹੈਗਾ ਇਹਨਾਂ ਦਾ। ਲਓ ਵੀ ਐਵੇਂ ਲੱਗਦਾ ਚਾਚੇ ਹੁਣਾਂ ਦਾ ਟਰੈਕਟਰ ਖੜਾ, ਉਹ ਖੜਿਆ ਚਾਚਾ ਜੀ ਉਹ ਸਾਹਮਣੇ। ਆ ਗਏ ਜੀ, ਆ ਗਏ ਚਾਚਾ ਜੀ। ਹੋਰ ਸਤਿ ਸ਼੍ਰੀ ਅਕਾਲ ਵਧੀਆ ਸਾਹਿਬ ਸਾਹਿਬ ਟਿਊਸ਼ਨ ਤੇ ਉਹ ਕਹਿੰਦਾ ਸੀ ਆ ਜਾਣਾ ਮੈਂ ਵਧੀਆ। ਸਤਿ ਸ਼੍ਰੀ ਅਕਾਲ ਵਧੀਆ ਆ ਜਾ ਅੰਦਰ ਆ ਜਾ। ਫਾਈਨਲੀ ਹੁਣ ਪਹੁੰਚ ਗਏ ਆਪਾਂ ਪਿੰਡ, ਅਤੇ ਪਿੰਡ ਹੈਗਾ ਜੀ ਖੁਣਖਣਾ ਲਾਚੋਵਾਲ ਦੇ ਕੋਲ, ਹੁਸ਼ਿਆਰਪੁਰ ਸ਼ਹਿਰ ਦੇ ਨੇੜੇ ਪੈਂਦਾ। ਅਤੇ ਚੈੱਕ ਕਰੋ ਪਿੰਡਾਂ ਦੀ ਵਾਈਵ ਬਹੁਤ ਘੈਂਟ ਹੁੰਦੀ ਆ। ਸਾਰਾ ਏਰੀਆ ਹੈਗਾ ਡੰਗਰਾਂ ਡੁੰਗਰਾਂ ਦਾ, ਠੀਕ ਹੈ। ਅਤੇ ਘੋੜੀਆਂ ਦਾ ਵੀ ਕੰਮ ਸੀ, ਅਤੇ ਹੁਣ ਥੋੜ੍ਹੀਆਂ ਘੋੜੀਆਂ ਸਾਰੀਆਂ ਤਕਰੀਬਨ ਵੇਚਤੀਆਂ, ਉਹ ਸੀਗਾ ਤਬੇਲਾ ਸਾਰਾ ਘੋੜੀਆਂ ਦਾ। ਅਤੇ ਬਾਕੀ ਆਹ ਖੜ੍ਹੇ ਸਾਰੇ ਸੰਦ ਟਰੈਕਟਰ ਟਰੁਕਟਰ, ਅਤੇ ਉਹ ਕਿਹੜਾ ਆਪਣੇ ਵਾਲਾ ਝੋਟਾ ਸਰਪਲੈਂਡਰ ਬਾਈ, 2.5 ਘੰਟਿਆਂ 'ਚ ਲਾਤਾ ਆਪਾਂ ਹੁਸ਼ਿਆਰਪੁਰ। ਅਤੇ ਮਾੜਾ ਜਿਹਾ ਟਾਈਮ ਤਾਂ ਲੱਗਿਆ ਕਿ ਰਸਤੇ 'ਚ ਮੈਂ ਚਾਹ ਪਾਣੀ ਪੀਣ ਲੱਗ ਗਿਆ ਤਾ। ਅਤੇ ਬਾਕੀ ਚਾਚੇ ਹੁਣੀ ਬਾਹਰ ਖੜ੍ਹੇ ਆ, ਬਾਕੀ ਹੁਣ ਰੋਟੀ ਪਾਣੀ ਖਾਈਏ। ਅਤੇ ਸਾਹਿਬ ਸਿੰਘ ਆਪਣਾ ਗਿਆ ਹੋਇਆ ਟਿਊਸ਼ਨ, ਉੱਥੋਂ ਆਉਂਦਾ ਫਿਰ ਦੇਖਦੇ ਹਾਂ ਵਲੋਗ ਨੂੰ ਅੱਗੇ ਕੰਟੀਨਿਊ ਕਰਨਾ ਕਿ ਇੱਥੇ ਖਤਮ ਕਰਨਾ। ਫਿਰ ਉਸ ਤੋਂ ਬਾਅਦ ਚੱਲਦੇ ਹਾਂ ਖੇਤ ਖੂਤ ਗੇੜਾ ਮਾਰਨ, ਫਿਰ ਕਰਾਂਗੇ ਬਾਈ ਸਿਰਾ ਸਿਰਾ ਵਲੋਗ ਆਉਣਾ ਪਿੰਡਾਂ ਵਾਲਾ। ਪਿੰਡਾਂ ਵਾਲੇ ਵਲੋਗ ਜਮ੍ਹਾਂ ਐਂਡ ਹੋਣੇ ਆ, ਬਸ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰਕੇ ਰੱਖੋ। ਲਓ ਵੀ ਸੱਜਣੋ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ, ਮੁੰਡੇ ਪਿੰਡ ਦੀ ਗੇੜੀ ਮਾਰਨ ਆਇਆ ਹੈ। ਕਿਹੜਾ ਚਲਾ ਕੇ ਦੇਖਣਾ ਸਾਹਿਬ ਦੀ ਮਰਾਈ ਐਂਟਰੀ, ਇਹ ਗਿਆ ਹੋਇਆ ਸੀਗਾ ਟਿਊਸ਼ਨ, ਟਿਊਸ਼ਨੋਂ ਆ ਗਿਆ ਇਹ ਵਿਹਲੇ ਵਿਹਲੇ। ਆਹ ਮੁਕਸਰੀਏ ਵੀ ਆਏ ਹੋਏ ਨੇ। ਅਤੇ ਬਾਕੀ ਇਹਦੇ ਵਾਲਾ ਸਪਲੈਂਡਰ ਨਵਾਂ, ਇਹਨੇ ਵੀ ਨਵਾਂ ਲਿਆ, ਕਿੰਨਾ ਇਹ 23-24 ਮਾਡਲ ਹੈ। ਇਹਦਾ ਕੰਪੈਰੀਜ਼ਨ ਕਰਾਂਗੇ ਇਹਦਾ ਅਤੇ ਇਹਦਾ, BS6 ਅਤੇ BS4 ਵਰਸਿਸ ਕਰਕੇ ਦੇਖਾਂਗੇ ਕਿ ਇਹਨਾਂ 'ਚ ਫਰਕ ਕੱਢਿਆ ਇਹਨਾਂ ਨੇ ਸਪਲੈਂਡਰ ਵਾਲਿਆਂ ਨੇ। ਅਤੇ ਬਾਕੀ ਆਲੇ ਵਲੋਗ ਨੂੰ ਇੱਥੇ ਕਰਦੇ ਐਂਡ। ਅਤੇ ਬਾਕੀ ਹੁਣ ਕਿੱਧਰ ਨੂੰ ਜਾਣਾ, ਖੇਤਾਂ 'ਚ ਕੱਦੂ ਕਦ ਕਰਨਾ, ਅੱਜ ਸ਼ੁਰੂ ਕਰ ਦੇਣਾ ਹੈ ਨਾ। ਬਾਕੀ ਕੱਦੂ ਵਾਲਾ ਵਲੋਗ ਵੀ ਆਊਗਾ ਮਿੱਤਰੋ, ਅਤੇ ਕਰਕੇ ਰੱਖੋ ਚੈਨਲ ਸਬਸਕ੍ਰਾਈਬ। ਅਤੇ ਨੈਕਸਟ ਵਲੋਗ ਜਾਂ ਉਸ ਤੋਂ ਅਗਲਾ ਨੈਕਸਟ ਵਲੋਗ ਕੱਦੂ ਵਾਲਾ ਬਣਾਵਾਂਗੇ। ਅਤੇ ਬਾਕੀ ਆਲੇ ਵਲੋਗ ਨੂੰ ਇੱਥੇ ਕਰਦੇ ਐਂਡ, ਬਾਹਲਾ ਲੰਬਾ ਹੋ ਜਾਣਾ। ਫਿਰ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ, ਟਿਲ ਦਿਨ ਬੱਬਾ ਏ ਰੱਬ ਰੱਖਾ।